ਲਿਬਰੇ ਆਫਿਸ ਵਿੱਚ ਸੈਲਸ ਅਤੇ ਸ਼ੀਟਸ ਦੇ ਨਾਲ ਕਾਰਜ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਰੋਜ਼ ਅਤੇ ਕਾਲਮਸ ਨੂੰ ਜੋੜਨਾ ਅਤੇ ਮਿਟਾਉਣਾ, ਸ਼ੀਟਸ ਨੂੰ ਜੋੜਨਾ ਅਤੇ ਮਿਟਾਉਣਾ, ਸ਼ੀਟਸ ਨੂੰ ਦੁਬਾਰਾ ਨਾਮ ਦੇਣਾ। ਇੱਥੇ ਅਸੀਂ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU Linux ਅਤੇ ਲਿਬਰੇ ਆਫਿਸ ਵਰਜ਼ਨ 3.3.4 ਦੀ ਵਰਤੋਂ ਕਰ ਰਹੇ ਹਾਂ। ਇਸ ਟਿਊਟੋਰਿਅਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਿੱਖਦੇ ਹਾਂ ਕਿ ਸਪਰੈਡਸ਼ੀਟ ਵਿੱਚ ਰੋਜ਼ ਅਤੇ ਕਾਲਮਸ ਨੂੰ ਕਿਵੇਂ ਜੋੜਨਾ ਹੈ। ਚਲੋ ਸਾਡੀ ਪਰਸਨਲ ਫਾਈਨਾਂਸ ਟਰੈਕਰ .ods ਫਾਈਲ ਨੂੰ ਖੋਲ੍ਹਦੇ ਹਾਂ। ਕਾਲਮਸ ਅਤੇ ਰੋਜ਼ ਨੂੰ ਵੱਖ-ਵੱਖ ਜਾਂ ਸਮੂਹ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਸਪਰੈਡਸ਼ੀਟ ਵਿੱਚ ਜੇਕਰ ਇੱਕ ਰੋਅ ਅਤੇ ਇੱਕ ਕਾਲਮ ਨੂੰ ਜੋੜਨਾ ਹੈ ਤਾਂ ਪਹਿਲਾਂ ਸੈੱਲ ਨੂੰ ਚੁਣੋ ਅਤੇ ਫਿਰ ਕਾਲਮ ਅਤੇ ਰੋ ਨੂੰ ਚੁਣੋ ਜਿੱਥੇ ਤੁਸੀਂ ਨਵੀਂ ਕਾਲਮ ਜਾਂ ਨਵੀਂ ਰੋ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ। ਉਦਾਹਰਣ ਲਈ ਪਰਸਨਲ ਫਾਈਨਾਂਸ ਟਰੈਕਰ .ods ਫਾਈਲ ਵਿੱਚ ਪਹਿਲੀ ਰੋ ਵਿੱਚ ਕਿਤੇ ਕਲਿੱਕ ਕਰਦੇ ਹਾਂ। ਮੈਂ ਉਸ ਸੈੱਲ ਉੱਤੇ ਕਲਿੱਕ ਕਰਦਾ ਹਾਂ ਜਿਸ ਵਿੱਚ ਕੋਸਟ ਲਿਖਿਆ ਹੈ। ਹੁਣ ਮੈਨੂ ਬਾਰ ਵਿੱਚ ਇਨਸਰਟ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਰੋਜ਼ ਉੱਤੇ ਕਲਿੱਕ ਕਰੋ। ਅਸੀਂ ਵੇਖਦੇ ਹਾਂ ਕਿ ਚੁਣੀ ਹੋਈ ਰੋ ਦੇ ਬਿਲਕੁਲ ਉੱਤੇ ਇੱਕ ਨਵੀਂ ਰੋ ਸ਼ਾਮਿਲ ਹੋ ਗਈ ਹੈ। ਉਸੇ ਤਰ੍ਹਾਂ ਨਾਲ ਇੱਕ ਨਵੇਂ ਕਾਲਮ ਨੂੰ ਜੋੜਨ ਲਈ ਮੈਨੂ ਬਾਰ ਵਿੱਚ ਇਨਸਰਟ ਬਟਨ ਉੱਤੇ ਕਲਿੱਕ ਕਰੋ ਅਤੇ ਫਿਰ ਕਾਲਮਸ ਬਟਨ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਕਿ ਚੁਣੀ ਹੋਈ ਸੈੱਲ ਕਾਲਮ ਤੋਂ ਪਹਿਲਾਂ ਇੱਕ ਨਵਾਂ ਕਾਲਮ ਸ਼ਾਮਲ ਹੋ ਗਿਆ ਹੈ। ਜੋ ਬਦਲਾਅ ਅਸੀਂ ਕੀਤੇ ਸਨ ਉਹਨਾਂ ਨੂੰ ਅਨਡੂ ਕਰਦੇ ਹਾਂ। ਜੇਕਰ ਤੁਸੀਂ ਅੱਖਰ ਉੱਤੇ ਕਲਿੱਕ ਕਰਕੇ ਕਾਲਮ ਨੂੰ ਚੁਣਿਆ ਹੈ ਜੋ ਇਸ ਦੀ ਪਛਾਣਦਾ ਹੈ, ਜਾਂ ਇੱਕ ਨੰਬਰ ਦੁਆਰਾ ਇੱਕ ਰੋ ਨੂੰ ਚੁਣਿਆ ਹੈ ਜੋ ਇਸ ਦੀ ਪਛਾਣ ਕਰਦਾ ਹੈ, ਫਿਰ ਸੱਜਾ ਕਲਿੱਕ ਕਰੋ ਅਤੇ ਇੱਕ ਨਵੀਂ ਕਾਲਮ ਜਾਂ ਰੋ ਜੋੜਨ ਲਈ ਦਿਖਾਏ ਹੋਏ ਡ੍ਰੌਪ ਡਾਊਨ ਮੈਨਿਊ ਵਿੱਚ ਇਨਸਰਟ ਕਾਲਮਸ ਜਾਂ ਇਨਸਰਟ ਰੋਜ਼ ਵਿਕਲਪ ਚੁਣੋ। ਵਿਕਲਪ ਰੂਪ ਵੱਲੋਂ ਸੈੱਲ ਉੱਤੇ ਕਰਸਰ ਨਾਲ ਕਲਿੱਕ ਕਰਕੇ ਉਸ ਦੀ ਚੋਣ ਕਰੋ, ਫਿਰ ਸੱਜਾ ਕਲਿੱਕ ਕਰੋ ਅਤੇ ਇਨਸਰਟ ਵਿਕਲਪ ਚੁਣੋ। ਤੁਸੀਂ ਇਸ ਤਰ੍ਹਾਂ ਦਾ ਇੱਕ ਡਾਇਲੌਗ ਬਾਕਸ ਦੇਖੋਗੇ। ਇੱਕ ਰੋ ਜਾਂ ਇੱਕ ਕਾਲਮ ਨੂੰ ਜੋੜਨ ਲਈ ਐਂਟਾਇਰ ਰੋ ਅਤੇ ਐਂਟਾਇਰ ਕਾਲਮ ਵਿਕਲਪ ਚੁਣੋ। ਇੱਕੋ ਸਮੇਂ ਕਈ ਕਾਲਮਸ ਅਤੇ ਰੋਜ਼ ਜੋੜਨ ਲਈ ਸਾਨੂੰ ਪਹਿਲਾਂ ਸ਼ੁਰੂਆਤੀ ਸੈੱਲ ਉੱਤੇ ਖੱਬਾ ਮਾਊਸ ਬਟਨ ਨੂੰ ਦਬਾ ਕੇ ਅਤੇ ਸੈੱਲਸ ਦੀ ਲੋੜੀਂਦੀ ਗਿਣਤੀ ਤੱਕ ਡਰੈਗ ਕਰਕੇ ਕਾਲਮਸ ਅਤੇ ਰੋਜ਼ ਦੀ ਲੋੜੀਂਦੀ ਸੰਖਿਆ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਇੱਥੇ ਅਸੀਂ 4 ਸੈੱਲ ਹਾਈਲਾਈਟ ਕੀਤੇ ਹਨ। ਨਵੇਂ ਰੋਜ਼ ਅਤੇ ਕਾਲਮਸ ਨੂੰ ਜੋੜਨ ਲਈ ਚਰਚਾ ਕੀਤੇ ਗਏ ਤਰੀਕਿਆਂ ਵਿੱਚੋਂ ਕਿਸੇ ਦੀ ਵੀ ਪਾਲਣਾ ਕਰੋ ਜੋ ਨਵੀਆਂ ਰੋਜ਼ ਜੋੜਨਾ ਚਾਹੁੰਦੇ ਹਾਂ। ਇਸ ਲਈ ਮੈਂ ਚੁਣੇ ਗਏ ਉੱਤੇ ਸੱਜਾ ਕਲਿੱਕ ਕਰਕੇ ਇਨਸਰਟ ਵਿਕਲਪ ਚੁਣਾਂਗਾ। ਹੁਣ ਮੈਂ ਐਂਟਾਇਰ ਰੋ ਵਿਕਲਪ ਚੁਣਾਂਗਾ। ਓਕੇ ਬਟਨ ਉੱਤੇ ਕਲਿੱਕ ਕਰੋ। ਵੇਖੋ ਕਿ ਪਹਿਲਾਂ ਚੁਣੇ ਗਏ ਰੋਜ਼ ਦੇ ਉੱਤੇ 4 ਨਵੀਆਂ ਰੋਜ਼ ਜੋੜੀਆਂ ਗਈਆਂ ਹਨ। ਹੁਣ ਅਸੀਂ ਸਿੱਖਾਂਗੇ ਕਿ ਕਾਲਮਸ ਵੱਖ-ਵੱਖ ਅਤੇ ਸਮੂਹ ਵਿੱਚ ਕਿਵੇਂ ਮਿਟਾਉਣਾ ਹੈ। ਇੱਕ ਸਿੰਗਲ ਰੋ ਜੋ ਕਾਲਮ ਨੂੰ ਮਿਟਾਉਣ ਲਈ ਪਹਿਲਾਂ ਉਸ ਕਾਲਮ ਜਾਂ ਰੋ ਨੂੰ ਚੁਣੋ ਜਿਸ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ। ਉਦਾਹਰਣ ਲਈ, ਜੇਕਰ ਤੁਸੀਂ ਕਾਲਮ ਮਿਟਾਉਣਾ ਚਾਹੁੰਦੇ ਹੋ ਜਿਸ ਵਿੱਚ ਲਾਂਡਰੀ ਲਿਖਿਆ ਹੈ, ਪਹਿਲਾਂ ਉਸ ਕਾਲਮ ਵਿੱਚ ਇੱਕ ਸੈੱਲ ਉੱਤੇ ਕਲਿੱਕ ਕਰਕੇ ਉਸ ਨੂੰ ਚੁਣੋ। ਹੁਣ ਸੈੱਲ ਉੱਤੇ ਰਾਈਟ ਕਲਿੱਕ ਕਰੋ ਅਤੇ ਡਿਲੀਟ ਵਿਕਲਪ ਉੱਤੇ ਕਲਿੱਕ ਕਰੋ। ਡਿਲੀਟ ਸੈੱਲਸ ਹੈਡਿੰਗ ਦੇ ਨਾਲ ਇੱਕ ਡਾਇਲੌਗ ਬਾਕਸ ਵਿਖਾਈ ਦਿੰਦਾ ਹੈ। ਹੁਣ ਸ਼ਿਫਟ ਸੈੱਲਸ ਅਪ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਓਕੇ ਬਟਨ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਕਿ ਸੈੱਲ ਮਿਟ ਗਏ ਹਨ ਅਤੇ ਇਹਨਾਂ ਦੇ ਹੇਠਾਂ ਸੈੱਲ ਸ਼ਿਫਟ ਹੋ ਕੇ ਉੱਤੇ ਆਉਂਦੇ ਹਨ। ਇਸ ਬਦਲਾਅ ਨੂੰ ਅਨਡੂ ਕਰਦੇ ਹਾਂ। ਹੁਣ ਅਸੀਂ ਸਿੱਖਾਂਗੇ ਕਿ ਇੱਕੋ ਹੀ ਸਮੇਂ ਕਈ ਕਾਲਮਸ ਜਾਂ ਰੋਜ਼ ਨੂੰ ਕਿਵੇਂ ਮਿਟਾਉਣਾ ਹੈ। ਉਦਾਹਰਣ ਦੇ ਲਈ, ਜੇਕਰ ਤੁਸੀਂ ਰੋ ਮਿਟਾਉਣੀ ਹੈ ਜਿਸ ਵਿੱਚ ਮਿਸਕਲੇਨੀਅਸ ਲਿਖਿਆ ਹੈ, ਪਹਿਲਾਂ ਉਸ ਸੈੱਲ ਨੂੰ ਚੁਣੋ ਜਿਸ ਵਿੱਚ ਉਸਦਾ ਸੀਰੀਅਲ ਨੰਬਰ ਹੈ, ਜੋ ਕਿ 6 ਹੈ। ਹੁਣ ਇਸ ਸੈੱਲ ਉੱਤੇ ਖੱਬੇ ਮਾਊਸ ਬਟਨ ਨੂੰ ਦਬਾ ਕੇ ਰੱਖੋ ਅਤੇ ਇਸ ਨੂੰ ਪੂਰੀ ਰੋ ਉੱਤੇ ਡਰੈਗ ਕਰੋ। ਵਿਕਲਪਿਕ ਰੂਪ ਵਿੱਚ ਮਿਟਾਏ ਜਾਣ ਵਾਲੇ ਰੋ ਨੰਬਰ ਉੱਤੇ ਕਲਿੱਕ ਕਰੋ। ਪੂਰੀ ਰੋ ਹਾਈਲਾਈਟ ਹੁੰਦੀ ਹੈ। ਸੈੱਲ ਉੱਤੇ ਰਾਈਟ ਕਲਿੱਕ ਕਰੋ ਅਤੇ ਫਿਰ ਡਿਲੀਟ ਵਿਕਲਪ ਉੱਤੇ ਕਲਿੱਕ ਕਰੋ। ਡਿਲੀਟ ਸੈੱਲਸ ਨਾਮਕ ਡਾਇਲੌਗ ਬਾਕਸ ਵਿਖਾਈ ਦੇਵੇਗਾ। ਹੁਣ ਸ਼ਿਫਟ ਸੈੱਲਸ ਅਪ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਓਕੇ ਬਟਨ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਕਿ ਪੂਰੀ ਰੋ ਮਿਟ ਜਾਂਦੀ ਹੈ ਅਤੇ ਉਸਦੇ ਹੇਠਾਂ ਵਾਲੀ ਰੋ ਉੱਤੇ ਆ ਜਾਂਦੀ ਹੈ। ਉਸੇ ਤਰ੍ਹਾਂ ਅਸੀਂ ਰੋਜ਼ ਦੀ ਬਜਾਏ ਕਾਲਮਸ ਨੂੰ ਚੁਣ ਕੇ ਮਿਟਾ ਸਕਦੇ ਹਾਂ।
ਚਲੋ ਅਸੀਂ ਬਦਲਾਅ ਨੂੰ ਅਨਡੂ ਕਰਦੇ ਹਾਂ ਜੋ ਅਸੀਂ ਕੀਤਾ ਸੀ। ਇਹ ਸਿੱਖਣ ਤੋਂ ਬਾਅਦ ਕਿ ਇੱਕ ਸ਼ੀਟ ਵਿੱਚ ਕਿਵੇਂ ਕਈ ਰੋਜ਼ ਅਤੇ ਕਾਲਮਸ ਨੂੰ ਸ਼ਾਮਿਲ ਕਰਦੇ ਹਨ ਅਤੇ ਮਿਟਾਉਂਦੇ ਹਨ, ਹੁਣ ਅਸੀਂ ਸਿੱਖਾਂਗੇ ਕਿ ਕੈਲਕ ਵਿੱਚ ਸ਼ੀਟਸ ਕਿਵੇਂ ਸ਼ਾਮਿਲ ਕਰਦੇ ਹਨ ਅਤੇ ਮਿਟਾਉਂਦੇ ਹਨ। ਕੈਲਕ ਵਿੱਚ ਨਵੀਂ ਸ਼ੀਟ ਜੋੜਨ ਦੇ ਕਈ ਤਰੀਕੇ ਹਨ, ਅਸੀਂ ਇੱਕ ਇੱਕ ਕਰਕੇ ਸਭ ਦੇ ਬਾਰੇ ਸਿੱਖਾਂਗੇ। ਸਾਰੇ ਤਰੀਕਿਆਂ ਲਈ ਪਹਿਲਾ ਸਟੈਪ ਹੈ ਕਿ ਉਸ ਸ਼ੀਟ ਨੂੰ ਚੁਣੋ ਜਿਸ ਦੇ ਬਾਅਦ ਅਗਲੀ ਨਵੀਂ ਸ਼ੀਟ ਆਵੇਗੀ। ਹੁਣ ਮੈਨੂ ਬਾਰ ਵਿੱਚ ਇਨਸਰਟ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਸ਼ੀਟ ਉੱਤੇ ਕਲਿੱਕ ਕਰੋ। ਇਨਸਰਟ ਸ਼ੀਟ ਹੈਡਿੰਗ ਦੇ ਨਾਲ ਇੱਕ ਡਾਇਲੌਗ ਬਾਕਸ ਖੁੱਲ੍ਹਦਾ ਹੈ। ਹੁਣ ਆਪਣੀ ਵਰਤਮਾਨ ਸ਼ੀਟ ਦੇ ਬਾਅਦ ਨਵੀਂ ਸ਼ੀਟ ਨੂੰ ਜੋੜਨ ਲਈ ਆਫਟਰ ਕਰੰਟ ਸ਼ੀਟ ਰੇਡੀਓ ਬਟਨ ਨੂੰ ਚੁਣਦੇ ਹਾਂ। ਨੇਮ ਦੀ ਜਗ੍ਹਾ ਉੱਤੇ ਸਾਡੀ ਨਵੀਂ ਸ਼ੀਟ ਦਾ ਨਾਮ ਸ਼ੀਟ 4 ਵਿਖਾਇਆ ਗਿਆ ਹੈ। ਇਹ ਨਾਮ ਸਿਸਟਮ ਦੁਆਰਾ ਦਿੱਤਾ ਗਿਆ ਹੈ, ਤੁਸੀਂ ਚਾਹੋ ਤਾਂ ਇਸ ਦਾ ਨਾਮ ਬਦਲ ਕੇ ਵੀ ਰੱਖ ਸਕਦੇ ਹੋ। ਹੁਣ ਓਕੇ ਬਟਨ ਉੱਤੇ ਕਲਿੱਕ ਕਰੋ। ਅਸੀਂ ਵੇਖਦੇ ਹਾਂ ਕਿ ਸਾਡੀ ਵਰਤਮਾਨ ਸ਼ੀਟ ਦੇ ਬਾਅਦ ਨਵੀਂ ਸ਼ੀਟ ਜੁੜੀ ਹੈ। ਇੱਕ ਹੋਰ ਤਰੀਕਾ ਨਵੀਂ ਸ਼ੀਟ ਜੋੜਨ ਦਾ ਇਹ ਹੈ ਕਿ ਕੈਲਕ ਵਿੰਡੋ ਦੇ ਖੱਬੇ ਵੱਲ ਹੇਠਾਂ ਵਰਤਮਾਨ ਸ਼ੀਟ ਟੈਬ ਉੱਤੇ ਰਾਈਟ ਕਲਿੱਕ ਕਰੋ, ਇਨਸਰਟ ਸ਼ੀਟ ਵਿਕਲਪ ਉੱਤੇ ਕਲਿੱਕ ਕਰੋ। ਤੁਸੀਂ ਸਥਾਨ, ਸ਼ੀਟਸ ਦੀ ਗਿਣਤੀ, ਨਾਮ ਚੁਣ ਸਕਦੇ ਹੋ ਅਤੇ ਫਿਰ ਓਕੇ ਬਟਨ ਉੱਤੇ ਕਲਿੱਕ ਕਰੋ। ਨਤੀਜੇ ਵਜੋਂ ਇਹ ਸ਼ੀਟ ਜੁੜੇਗਾ। ਮੌਜੂਦਾ ਸ਼ੀਟ ਤੋਂ ਬਾਅਦ ਨਵੀਂ ਸ਼ੀਟ ਦਾ ਇੱਕ ਹੋਰ ਸਰਲ ਤਰੀਕਾ ਸ਼ੀਟ ਟੈਬ ਉੱਤੇ ਦਿੱਤੇ ਗਏ ਐਡ ਸ਼ੀਟ ਬਟਨ ਉੱਤੇ ਕਲਿੱਕ ਕਰਕੇ ਹੈ, ਜਿਸ ਨੂੰ ਪਲੱਸ ਚਿੰਨ੍ਹ ਦੁਆਰਾ ਵਿਖਾਇਆ ਗਿਆ ਹੈ। ਇਸ ਉੱਤੇ ਕਲਿੱਕ ਕਰਨ ਨਾਲ ਲੜੀ ਵਿੱਚ ਸਭ ਤੋਂ ਪਿਛਲੀ ਸ਼ੀਟ ਤੋਂ ਬਾਅਦ ਇੱਕ ਨਵੀਂ ਸ਼ੀਟ ਜੁੜ ਜਾਂਦੀ ਹੈ। ਆਖਰੀ ਤਰੀਕਾ ਨਵੀਂ ਸ਼ੀਟ ਨੂੰ ਜੋੜਨ ਦਾ ਇਹ ਹੈ ਕਿ ਇਨਸਰਟ ਸ਼ੀਟ ਡਾਇਲੌਗ ਬਾਕਸ ਉੱਤੇ ਜਾ ਕੇ ਹੇਠਾਂ ਸ਼ੀਟ ਟੈਬ ਵਿੱਚ ਐਡ ਸ਼ੀਟ ਪਲੱਸ ਚਿੰਨ੍ਹ ਦੇ ਨਾਲ ਵਾਲੀ ਖਾਲੀ ਜਗ੍ਹਾ ਉੱਤੇ ਕਲਿੱਕ ਕਰੋ। ਖਾਲੀ ਜਗ੍ਹਾ ਉੱਤੇ ਕਲਿੱਕ ਕਰਨ ਨਾਲ ਅਸੀਂ ਵੇਖਦੇ ਹਾਂ ਕਿ ਇਨਸਰਟ ਸ਼ੀਟ ਡਾਇਲੌਗ ਬਾਕਸ ਵਿਖਾਈ ਦਿੰਦਾ ਹੈ। ਤੁਸੀਂ ਡਾਇਲੌਗ ਬਾਕਸ ਵਿੱਚ ਸ਼ੀਟ ਦੀ ਜਾਣਕਾਰੀ ਭਰ ਸਕਦੇ ਹੋ ਅਤੇ ਫਿਰ ਓਕੇ ਬਟਨ ਉੱਤੇ ਕਲਿੱਕ ਕਰੋ। ਸ਼ੀਟਸ ਨੂੰ ਕਿਵੇਂ ਸ਼ਾਮਿਲ ਕਰਨਾ ਹੈ ਇਹ ਸਿੱਖਣ ਦੇ ਬਾਅਦ ਅਸੀਂ ਸਿੱਖਾਂਗੇ ਕਿ ਕੈਲਕ ਵਿੱਚ ਸ਼ੀਟਸ ਕਿਵੇਂ ਮਿਟਾਉਂਦੇ ਹਨ। ਸ਼ੀਟਸ ਵੱਖ-ਵੱਖ ਜਾਂ ਸਮੂਹ ਵਿੱਚ ਮਿਟਾਈਆਂ ਜਾ ਸਕਦੀਆਂ ਹਨ। ਸਿਰਫ ਇੱਕ ਸ਼ੀਟ ਨੂੰ ਮਿਟਾਉਣ ਲਈ ਜਿਸ ਸ਼ੀਟ ਨੂੰ ਮਿਟਾਉਣਾ ਹੈ ਉਸ ਉੱਤੇ ਰਾਈਟ ਕਲਿੱਕ ਕਰੋ ਅਤੇ ਫਿਰ ਪੌਪਅਪ ਮੈਨਿਊ ਵਿੱਚੋਂ ਡਿਲੀਟ ਸ਼ੀਟ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਯੈਸ ਵਿਕਲਪ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਕਿ ਸ਼ੀਟ ਮਿਟ ਗਈ ਹੈ। ਇੱਕ ਵਿਸ਼ੇਸ਼ ਸ਼ੀਟ ਨੂੰ ਮਿਟਾਉਣ ਦਾ ਇੱਕ ਹੋਰ ਤਰੀਕਾ ਹੈ ਕਿ ਮੈਨਿਊ ਬਾਰ ਵਿੱਚ ਐਡਿਟ ਵਿਕਲਪ ਦੀ ਵਰਤੋਂ ਕਰੋ। ਉਦਾਹਰਣ ਲਈ, ਜੇਕਰ ਸਾਨੂੰ ਸ਼ੀਟ 3 ਮਿਟਾਉਣੀ ਹੈ, ਮੈਨਿਊ ਬਾਰ ਵਿੱਚ ਐਡਿਟ ਬਟਨ ਉੱਤੇ ਕਲਿੱਕ ਕਰਕੇ ਅਤੇ ਫਿਰ ਸ਼ੀਟ ਵਿਕਲਪ ਉੱਤੇ ਕਲਿੱਕ ਕਰੋ। ਹੁਣ ਪੌਪਅਪ ਮੈਨਿਊ ਵਿੱਚੋਂ ਡਿਲੀਟ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਯੈਸ ਵਿਕਲਪ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਕਿ ਸ਼ੀਟ ਮਿਟ ਗਈ ਹੈ। ਹੁਣ ਅਸੀਂ ਡਾਕੂਮੈਂਟ ਵਿੱਚ ਜੋ ਬਦਲਾਅ ਕੀਤੇ ਹਨ ਉਹਨਾਂ ਨੂੰ ਅਨਡੂ ਕਰਦੇ ਹਾਂ। ਕਈ ਸ਼ੀਟਸ ਨੂੰ ਮਿਟਾਉਣ ਲਈ, ਉਦਾਹਰਣ ਲਈ, ਜੇਕਰ ਅਸੀਂ ਸ਼ੀਟ 2 ਅਤੇ ਸ਼ੀਟ 3 ਮਿਟਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਸ਼ੀਟ 2 ਟੈਬ ਉੱਤੇ ਕਲਿੱਕ ਕਰੋ ਅਤੇ ਫਿਰ ਕੀਬੋਰਡ ਉੱਤੇ ਸ਼ਿਫਟ ਬਟਨ ਦਬਾ ਕੇ ਰੱਖੋ ਅਤੇ ਸ਼ੀਟ 3 ਟੈਬ ਉੱਤੇ ਕਲਿੱਕ ਕਰੋ। ਹੁਣ ਕਿਸੇ ਵੀ ਇੱਕ ਟੈਬ ਉੱਤੇ ਰਾਈਟ ਕਲਿੱਕ ਕਰੋ ਅਤੇ ਪੌਪਅਪ ਮੈਨਿਊ ਵਿੱਚੋਂ ਡਿਲੀਟ ਸ਼ੀਟ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਯੈਸ ਵਿਕਲਪ ਕਲਿੱਕ ਕਰੋ। ਤੁਸੀਂ ਵੇਖਦੇ ਹੋ ਕਿ ਦੋਨੋਂ ਸ਼ੀਟਸ ਮਿਟ ਗਈਆਂ ਹਨ। ਅੱਗੇ ਹੋਰ ਸਿੱਖਣ ਲਈ ਚਲੋ ਅਸੀਂ ਜੋ ਬਦਲਾਅ ਕੀਤੇ ਹਨ ਉਹਨਾਂ ਨੂੰ ਅਨਡੂ ਕਰਦੇ ਹਾਂ। ਮੈਨਿਊ ਬਾਰ ਵਿੱਚੋਂ ਐਡਿਟ ਵਿਕਲਪ ਦੀ ਵਰਤੋਂ ਕਰਕੇ ਇੱਕ ਵਿਸ਼ੇਸ਼ ਸ਼ੀਟ ਨੂੰ ਮਿਟਾਉਣ ਦਾ ਇੱਕ ਹੋਰ ਤਰੀਕਾ ਹੈ। ਉਦਾਹਰਣ ਲਈ, ਜੇਕਰ ਅਸੀਂ ਸ਼ੀਟ 6 ਅਤੇ ਸ਼ੀਟ 7 ਮਿਟਾਉਣਾ ਚਾਹੁੰਦੇ ਹਾਂ, ਮੈਨਿਊ ਬਾਰ ਵਿੱਚ ਐਡਿਟ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਸ਼ੀਟ ਵਿਕਲਪ ਉੱਤੇ ਕਲਿੱਕ ਕਰੋ। ਹੁਣ ਪੌਪਅਪ ਮੈਨਿਊ ਵਿੱਚ ਸਲੈਕਟ ਵਿਕਲਪ ਕਲਿੱਕ ਕਰੋ। ਡਾਇਲੌਗ ਬਾਕਸ ਜੋ ਨਜ਼ਰ ਆਉਂਦਾ ਹੈ ਉਸ ਵਿੱਚ ਸ਼ੀਟ 6 ਵਿਕਲਪ ਉੱਤੇ ਕਲਿੱਕ ਕਰੋ ਅਤੇ ਕੀਬੋਰਡ ਉੱਤੇ ਸ਼ਿਫਟ ਬਟਨ ਦਬਾ ਕੇ ਸ਼ੀਟ 7 ਵਿਕਲਪ ਕਲਿੱਕ ਕਰੋ। ਓਕੇ ਬਟਨ ਕਲਿੱਕ ਕਰੋ। ਇਹ ਸ਼ੀਟਸ ਦੀ ਚੋਣ ਕਰਦਾ ਹੈ ਜਿਸ ਨੂੰ ਅਸੀਂ ਮਿਟਾਉਣਾ ਚਾਹੁੰਦੇ ਹਾਂ। ਹੁਣ ਦੁਬਾਰਾ ਮੈਨਿਊ ਬਾਰ ਵਿੱਚ ਐਡਿਟ ਵਿਕਲਪ ਕਲਿੱਕ ਕਰੋ ਅਤੇ ਫਿਰ ਸ਼ੀਟ ਵਿਕਲਪ ਉੱਤੇ ਕਲਿੱਕ ਕਰੋ। ਹੁਣ ਪੌਪਅਪ ਮੈਨਿਊ ਵਿੱਚ ਡਿਲੀਟ ਵਿਕਲਪ ਕਲਿੱਕ ਕਰੋ ਅਤੇ ਫਿਰ ਯੈਸ ਵਿਕਲਪ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਕਿ ਚੁਣੀਆਂ ਹੋਈਆਂ ਸ਼ੀਟਸ ਮਿਟ ਗਈਆਂ ਹਨ। ਕੈਲਕ ਵਿੱਚ ਸ਼ੀਟਸ ਕਿਵੇਂ ਮਿਟਾਉਂਦੇ ਹਨ ਇਹ ਸਿੱਖਣ ਤੋਂ ਬਾਅਦ ਹੁਣ ਅਸੀਂ ਸਿੱਖਦੇ ਹਾਂ
ਕਿ ਸਪਰੈਡਸ਼ੀਟ ਨੂੰ ਦੁਬਾਰਾ ਨਾਮ ਕਿਵੇਂ ਦਿੰਦੇ ਹਨ। ਜੇਕਰ ਤੁਸੀਂ ਸਪਰੈਡਸ਼ੀਟ ਵਿੱਚ ਵੇਖਦੇ ਹੋ ਵੱਖਰੀਆਂ-ਵੱਖਰੀਆਂ ਸ਼ੀਟਸ ਡਿਫਾਲਟ ਰੂਪ ਵੱਲੋਂ ਸ਼ੀਟ 1, ਸ਼ੀਟ 2, ਸ਼ੀਟ 3 ਅਤੇ ਇਸੇ ਤਰ੍ਹਾਂ ਨਾਮਿਤ ਹਨ। ਇਹ ਛੋਟੇ ਸਪਰੈਡਸ਼ੀਟ ਲਈ ਕੰਮ ਕਰਦਾ ਹੈ ਜਿਸ ਵਿੱਚ ਥੋੜੀਆਂ ਸ਼ੀਟਸ ਹੁੰਦੀਆਂ ਹਨ, ਪਰ ਮੁਸ਼ਕਲ ਬਣ ਜਾਂਦਾ ਹੈ ਜਦੋਂ ਬਹੁਤ ਸਾਰੀਆਂ ਸ਼ੀਟਸ ਹੁੰਦੀਆਂ ਹਨ। ਕੈਲਕ ਸਾਨੂੰ ਆਪਣੇ ਪਸੰਦ ਦੇ ਅਨੁਸਾਰ ਸ਼ੀਟ ਦਾ ਨਾਮ ਬਦਲਣ ਦੀ ਆਗਿਆ ਦਿੰਦਾ ਹੈ। ਉਦਾਹਰਣ ਲਈ ਸ਼ੀਟ 4 ਦਾ ਨਾਮ ਬਦਲ ਕੇ ਡੰਪ ਰੱਖਣਾ ਹੈ ਤਾਂ ਅਜਿਹਾ ਤੁਸੀਂ ਸ਼ੀਟ 4 ਟੈਬ ਉੱਤੇ ਡਬਲ ਕਲਿੱਕ ਕਰਕੇ ਕਰ ਸਕਦੇ ਹੋ। ਤੁਸੀਂ ਵੇਖਦੇ ਹੋ ਕਿ ਰੀਨੇਮ ਸ਼ੀਟ ਹੈਡਿੰਗ ਦੇ ਨਾਲ ਇੱਕ ਡਾਇਲੌਗ ਬਾਕਸ ਖੁੱਲ੍ਹਦਾ ਹੈ। ਇੱਥੇ ਇੱਕ ਟੈਕਸਟ ਬਾਕਸ ਹੈ ਜਿਸ ਵਿੱਚ ਡਿਫਾਲਟ ਰੂਪ ਵੱਲੋਂ ਸ਼ੀਟ 4 ਲਿਖਿਆ ਹੈ। ਹੁਣ ਡਿਫਾਲਟ ਨਾਮ ਮਿਟਾਓ ਅਤੇ ਨਵੀਂ ਸ਼ੀਟ ਨੂੰ ਡੰਪ ਨਾਮ ਦਿਓ। ਓਕੇ ਬਟਨ ਉੱਤੇ ਕਲਿੱਕ ਕਰੋ ਅਤੇ ਤੁਸੀਂ ਵੇਖਦੇ ਹੋ ਕਿ ਸ਼ੀਟ 4 ਟੈਬ ਦਾ ਨਾਮ ਬਦਲ ਕੇ ਡੰਪ ਹੋ ਗਿਆ ਹੈ। ਚਲੋ ਸ਼ੀਟਸ 5 ਅਤੇ ਡੰਪ ਨੂੰ ਮਿਟਾਉਂਦੇ ਹਾਂ। ਹੁਣ ਅਸੀਂ ਲਿਬਰੇਆਫਿਸ ਕੈਲਕ ਉੱਤੇ ਸਪੋਕਨ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ। ਸੰਖੇਪ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ: ਰੋਜ਼ ਅਤੇ ਕਾਲਮਸ ਨੂੰ ਜੋੜਨਾ ਅਤੇ ਮਿਟਾਉਣਾ, ਸ਼ੀਟਸ ਨੂੰ ਜੋੜਨਾ ਅਤੇ ਮਿਟਾਉਣਾ, ਸ਼ੀਟਸ ਨੂੰ ਦੁਬਾਰਾ ਨਾਮ ਦੇਣਾ। ਹੁਣ ਇੱਕ ਅਸਾਈਨਮੈਂਟ ਲੈਂਦੇ ਹਾਂ। ਸਪਰੈਡਸ਼ੀਟ practice.ods ਫਾਈਲ ਖੋਲ੍ਹੋ, ਸੀਰੀਅਲ ਨੰਬਰ ਹੈਡਿੰਗ ਵਾਲੀ ਰੋ ਨੂੰ ਚੁਣੋ ਅਤੇ ਮਿਟਾਓ। ਸ਼ੀਟ ਨੂੰ ਦੁਬਾਰਾ ਨਾਮ ਦਿਓ, ਡਿਪਾਰਟਮੈਂਟ ਸ਼ੀਟ। ਹੇਠਾਂ ਦਿੱਤੇ ਲਿੰਕ ਉੱਤੇ ਉਪਲਬਧ ਵੀਡੀਓ ਵੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact@spoken-tutorial.org ਉੱਤੇ ਲਿਖੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸਪੋਰਟ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲਬਧ ਹੈ। spoken-tutorial.org/nmeict-intro। ਇਹ ਸਕ੍ਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। IIT ਬੰਬੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।